ਸੋ ਜੋ ਦਸੰਬਰ ਮਹੀਨੇ ਚ ਇਹ ਗਲਤੀਆਂ ਕਰਦੇ ਨੇ ਜੋ ਮੈਂ ਬੇਨਤੀ ਕਰਨ ਲੱਗਿਆ ਉਹ ਇਹ ਹੈ ਸਭ ਤੋਂ ਪਹਿਲਾ ਮੁੱਢਲੀ ਬੇਨਤੀ ਸਾਧ ਸੰਗਤ ਜੀ ਵਾਹਿਗੁਰੂ ਦੀ ਸਾਡੇ ਉੱਤੇ ਮਿਹਰ ਹੈ ਅਸੀਂ ਚੰਗਾ ਖਾਂਦੇ ਹਾਂ ਚੰਗਾ ਪਾਉਂਦੇ ਹਾਂ ਚੰਗਾ ਸਾਡਾ ਰਹਿਣ ਹੈ ਅਸੀਂ ਚੰਗੇ ਰੱਜੇ ਭੁੱਜੇ ਰਹੇ ਹਾਂ ਤੇ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰ ਕਈ ਚੰਗਾ ਖਾ ਕੇ ਵੀ ਚੰਗਾ ਪਾ ਕੇ ਵੀ ਹੰਢਾ ਕੇ ਵੀ ਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਸੋ ਭਾਈ ਜਿਹੜੇ ਨਹੀਂ ਕਰਦੇ ਉਹ ਭਾਈ ਕਰਿਆ ਕਰੋ ਜਰੂਰ ਗੁਰੂ ਦਾ ਸ਼ੁਕਰਾਨਾ ਗੁਰੂ ਦਾ ਸ਼ੁਕਰ ਕਿ ਮਾਲਕ ਤੇਰਾ ਸ਼ੁਕਰ ਹੈ ਤੂੰ ਖਾਣ ਨੂੰ ਦਿੰਦਾ ਹੈ ਸਾਨੂੰ ਪੌਣ ਨੂੰ ਦਿੰਦਾ ਹੈ ਸ਼ੁਕਰਾਨਾ ਕਰਨਾ ਚਾਹੀਦਾ ਹੈ ਆਪਾਂ ਪੜਦੇ ਹਾਂ ਅਕਸਰ ਹੀ ਬੱਸਾਂ ਵਿੱਚ ਜਾਂ ਦਫ਼ਤਰਾਂ ਵਿੱਚ ਘਰਾਂ ਵਿੱਚ ਧਾਰਮਿਕ ਸਥਾਨਾਂ ਤੇ ਵੀ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਸਾਹ ਸੰਗਤ ਜੀ ਜਦ ਦੁੱਖ ਹੋਵੇ ਅਰਦਾਸ ਕਰੋ ਸੱਚੇ ਪਾਸ਼ਾਗੇ ਅਰਦਾਸ ਕਰਨੀ ਚਾਹੀਦੀ ਹੈ ਇਹ ਬੇਨਤੀ ਕਰਨੀ ਚਾਹੀਦਾ ਹੈ ਮਾਲਕ ਅਗੇ ਮਾਲਕ ਤੂੰ ਹੀ ਹੈ ਸੋ ਜੋ ਸ਼ੁਕਰ ਨਹੀਂ ਕਰਦੇ ਉਹਨਾਂ ਲਈ ਬਹੁਤ ਮਾੜੀ ਗੱਲ ਹੈ ਮਹਾਰਾਜ ਇਹਨਾਂ ਕੁਝ ਦੇ ਰਿਹਾ ਹੈ ਤੇ ਅਸੀਂ ਸ਼ੁਕਰ ਵੀ ਨਹੀਂ ਕਰਦੇ ਸੁਣ ਲੋ ਵਿਚਾਰ ਜਿਹੜਾ ਮੈਂ ਤੁਹਾਡੇ ਨਾਲ ਬੇਨਤੀ ਕਰਨ ਲੱਗਿਆ ਸਾਧ ਸੰਗਤ ਜੀ ਮੂਰਖ ਬੰਦੇ ਗਿਲਾ ਕਰਦੇ ਨੇ ਰੱਬ ਤੂੰ ਮੈਨੂੰ ਇਹ ਨਹੀਂ ਦਿੱਤਾ ਮੈਨੂੰ ਉਹ ਨਹੀਂ ਦਿੱਤਾ ਬਾਦਸ਼ਾਹ ਨੇ ਸਾਨੂੰ 99 ਚੀਜ਼ਾਂ ਦਿੱਤੀਆਂ ਨੇ 99 ਚੀਜ਼ਾਂ ਦੇ ਦਿੱਤੀਆਂ ਨੇ ਤੇ ਇੱਕ ਨਹੀਂ ਦਿੱਤੀ ਤੇ ਫਿਰ ਉਹਦਾ ਕਿਲਾ ਕਾਤੋਂ ਕਰਦੇ ਹਾਂ ਇੱਕ ਪਿੱਛੇ 99 ਪੁੱਲ ਜਾਂਦੇ ਹਾਂ 10 ਵਸਤੂਆਂ ਵਾਲਾ ਪਾਛਿਆ ਪਾਵੈ ਇੱਕ ਵਸਤੂ ਕਰਨ ਬੇਖੋਟ ਕਹਾਵੈ ਕਹਿੰਦਾ ਰੱਬ ਨੇ 10 ਚੀਜ਼ਾਂ ਦੇਤੀਆਂ ਉਹਦਾ ਸ਼ੁਕਰਾਨਾ ਨਹੀਂ ਕੀਤਾ ਇੱਕ ਚੀਜ਼ ਨਹੀਂ ਦਿੱਤੀ ਤਾਂ ਉਲਾਮੇ ਦਿੰਦਾ ਹੈ ਰੱਬ ਨੂੰ ਰੱਬ ਬੰਦੇ ਨੂੰ ਕਹਿੰਦਾ ਜੇ ਇੱਕ ਵੀ ਨਹੀਂ ਦਿੰਦਾ ਤਾਂ ਕਾਦੀ ਉਹ ਮੂਰਖ ਬੰਦਿਆ ਫਿਰ ਕੀ ਕਰਦਾ ਜੇ ਇਹ ਇੱਕ ਵੀ ਨਹੀਂ ਦਿੱਤੀ ਤੇ ਦਸ ਉਹ ਵੀ ਖੋ ਲਈ ਫਿਰ ਕੀ ਕਰੇਗਾ ਰੱਬ ਦਾ ਤੂੰ ਰੱਬ ਦਾ ਕੀ ਵਿਗਾਰ ਦੇਵੇਂਗਾ ਤੂੰ ਐਸੇ ਲਈ ਸ਼ੁਕਰਾਨਾ ਗਿਲਾ ਕਰਨਾ ਮੂਰਖ ਬੰਦੇ ਗਿਲਾ ਕਰਦੇ ਆਂ ਰੱਬ ਨੂੰ ਮੈਨੂੰ ਤੂੰ ਐ ਨਹੀਂ ਦਿੱਤਾ ਸੋ ਦਸੰਬਰ ਮਹੀਨੇ ਦੇ ਦੌਰਾਨ ਸਾਨੂੰ ਪਹਿਲੀ ਗਲਤੀ ਕਿ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਛੋਟੇ ਅਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਸੰਬਰ ਮਹੀਨੇ ਵਿੱਚ ਹੋਈ ਸਾਨੂੰ ਸ਼ਹੀਦੀ ਦਿਹਾੜਾ ਨਹੀਂ ਭੁੱਲਣਾ ਚਾਹੀਦਾ ਤੇ ਸਭ ਤੋਂ ਵੱਡੀ ਤੇ ਪਹਿਲੀ ਗਲਤੀ ਸਾਡੀ ਇਹ ਹੈ ਦਸੰਬਰ ਮਹੀਨੇ ਦੀ ਤੇ ਸਾਹਸੰਗਤ ਜੀ ਉਹ ਛੋਟੀਆਂ-ਛੋਟੀਆਂ ਜਿੰਦਾ ਮਾਸੂਮ ਜਿਹੇ ਚਿਹਰੇ ਮਾਸੂਮ ਜਿਹੇ ਸਰੀਰ ਸਾਹਸੰਗਤ ਜੀ ਸਾਨੂੰ ਉਹ ਸ਼ਹਾਦਤ ਨਹੀਂ ਭੁੱਲਣੀ ਚਾਹੀਦੀ ਛੋਟੀਆਂ ਜਿੰਦਾ ਵੱਡੇ ਸਾਕੇ ਜਿਨ੍ਹਾਂ ਦੇ ਐਡੇ ਵੱਡੇ ਸਾਕੇ ਕਿਤੇ ਉਹਨਾਂ ਦਾ ਦੇਣਾ ਆਪਾਂ ਨਹੀਂ ਦੇ ਸਕਦੇ ਇਸ ਲਈ ਉਹਨਾਂ ਦਾ ਪਰ ਉਪਕਾਰ ਸ਼ਹੀਦੀ ਦਿਹਾੜਾ ਅਸੀਂ ਭੁੱਲਣਾ ਨਹੀਂ ਉਹਨਾਂ ਨੂੰ ਯਾਦ ਰੱਖਣਾ ਹੈ ਸ਼ਹੀਦੀ ਦਿਹਾੜਾ ਮਨਾਉਣਾ ਹੈ ਉਹਨਾਂ ਨੇ ਸਾਡੇ ਲਈ ਕੁਰਬਾਨੀ ਦਿੱਤੀ ਹੈ ਸ਼ਹਾਦਤ ਦਿੱਤੀ ਹੈ ਪੂਰਨੇ ਪਾਏ ਨੇ ਸ਼ਹਾਦਤ ਦੇਣ ਤੋਂ ਪਿੱਛੇ ਨਹੀਂ ਹਟੇ ਸੱਚਕ ਬੋਲ ਕਰ ਲਿਆ ਮੌਤ ਕਬੂਲ ਕਰ ਲਈ ਪਰ ਝੋਠ ਨਹੀਂ ਠੋਕਰ ਮਾਰੇ ਤੱਕਾ ਤਾਜਾਂ ਨੂੰ ਵਜੀਦ ਖਾਂ ਬਹੁਤ ਕੁਝ ਦੇ ਰਿਹਾ ਸੀ ਸੋਬੇ ਸਰਹੰਦ ਕਹਿੰਦਾ ਨੌਜਵਾਨ ਅਕਸਰ ਤੇ ਡੋਲੇ ਦੇਵਾਂਗੇ ਬੇਗਮਾਂ ਦੇ ਡੋਲੇ ਦੇਵਾਂਗੇ ਸੋਨਾ ਚਾਂਦੀ ਦੇਵਾਂਗੇ ਜਗੀਰਾ ਦੇਵਾਂਗੇ ਤਖਤ ਤਾਜ ਦੇਵਾਂਗੇ ਪਰ ਸਭ ਕੁਝ ਨੂੰ ਠੋਕਰ ਮਾਰ ਕੇ ਸਭ ਵਾਸਤੇ ਪੂਰਨੇ ਪਾਏ ਤੇ ਕਿਹਾ ਮੌਤ ਕਬੂਲ ਹੈ ਤੇਰਾ ਇਹ ਝੂਠਾ ਰਾਜ ਨਹੀਂ ਚਾਹੀਦਾ ਤੇ ਸਾਹਸੰਗਤ ਜੀ ਉਹਨਾਂ ਦੀ ਸ਼ਹਾਦਤ ਨੂੰ ਵੇਖ ਕੇ ਨજર ਅੰਦਾਜ਼ ਨਹੀਂ ਕਰਨਾ ਉਹਨਾਂ ਦੀ ਸ਼ਹਾਦਤ ਨੂੰ ਭੁੱਲਣਾ ਜਾਇਓ ਉਹਨਾਂ ਦੀ ਸ਼ਹਾਦਤ ਨੂੰ ਕਦੇ ਸਾਹਸੰਗਤ ਜੀ ਉਹਨਾਂ ਦੇ ਸ਼ਹੀਦਾਂ ਨੂੰ ਭੁੱਲਣਾ ਜਾਇਓ ਵਿਸਾਰਨਾ ਦਿਓ ਕਿਤੇ ਜਦੋਂ ਵੋਟਾਂ ਆਉਂਦੀਆਂ ਨੇ ਅਸੀਂ ਕੁਝ ਪੈਸੇ ਆ ਪਿੱਛੇ ਵਿਕ ਜਾਂਦੇ ਹਾਂ ਉਦੋਂ ਦੇਖੋ ਕਿਸਾਨਾਂ ਵਿੱਚ ਦਿੱਲੀ ਵਿੱਚ ਕਿਸਾਨੀ ਅੰਦੋਲਨ ਨਹੀਂ ਵਿਕਿਆ ਸੀ ਲੀਡਰ ਨਹੀਂ ਵਿਕੇ ਡਟੇ ਰਹੇ ਆਪਸ ਵਿੱਚ ਏਕਤਾ ਰੱਖੀ ਚਾਰੋਂ ਧਰਮ ਦੇ ਭਾਈਚਾਰੇ ਨੇ ਏਕਤਾ ਵਿਖਾਈ ਤੇ ਸਾਡੇ ਕਿਸਾਨ ਦਿੱਲੀ ਦੇ ਮੋਰਚੇ ਤੋਂ ਜਿੱਤ ਕੇ ਆਏ ਸੀ ਇਹ ਸਿੱਖ ਕੌਮ ਪੰਜਾਬ ਨੇ ਸਭ ਤੋਂ ਪਹਿਲਾਂ ਅੱਗਾ ਲੀਤਾ ਤੇ ਪੰਜਾਬ ਨੇ ਅੱਗੇ ਹੋ ਕੇ ਇੱਜ਼ਤ ਦਿਵਾਈ ਹੈ ਇਹ ਪੰਜਾਬੀਆਂ ਨੇ ਇਹ ਸਿੱਖਾਂ ਨੇ ਇਹ ਸਿੱਖ ਕੌਮ ਦੀ ਜਿੱਤ ਸੀ ਇਸ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਕਿਵੇਂ ਉਹਨਾਂ ਨੇ ਸਿੱਖੀ ਸਿਦਕ ਕੈਸਾ ਸਵਾਸਾਂ ਸੰਗ ਨਿਭਾਈ ਕਿਵੇਂ ਬੰਦ-ਬੰਦ ਘਟਵਾ ਲਿਆ ਪਰ ਸਿੱਖੀ ਨਹੀਂ ਛੱਡੀ ਤਨ ਤੇ ਆਰੇ ਚਲਵਾਏਗੇ ਪਰ ਸਿੱਖੀ ਨਹੀਂ ਛੱਡੀ ਖੱਲਾ ਲੋਆਈਆਂ ਗਈਆਂ ਸਿੱਖੀ ਨਹੀਂ ਛੱਡੀ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲ ਚ ਹਾਰ ਅਪਵਾਏ ਅੱਜ ਅਸੀਂ ਸਿੱਖੀ ਛੱਡਦੇ ਫਿਰਦੇ ਹਾਂ ਅਸੀਂ ਗੁਰੂ ਨੂੰ ਭੁੱਲੇ ਫਿਰਦੇ ਹਾਂ ਕੋਮ ਨੂੰ ਇੱਕ ਨਵੀਂ ਸਿਹਤ ਦਿੱਤੀ ਆਪਣੇ ਖੂਨ ਨਾਲ ਫਤੇ ਸਿੰਘ ਨੇ ਕੋਮ ਦੀ ਨੀਹਾਂ ਨੂੰ ਪੱਕਾ ਕੀਤਾ ਫਤੇਗੜ ਸਾਹਿਬ ਜਾਈਏ ਦਰਸ਼ਨ ਕਰਕੇ ਆਈਏ ਸ਼ਹੀਦਾਂ ਦੀ ਉਸ ਜਗ੍ਹਾ ਨੂੰ ਸਰਹੰਦ ਤੋਂ ਫਤੇਗੜ ਸਾਹਿਬ ਨੂੰ ਪ੍ਰਣਾਮ ਕਰੀਏ ਸਜਦਾ ਕਰੀਏ ਆਪ ਜੀ ਇਹ ਪਰਿਵਾਰ ਨੂੰ ਲੈ ਕੇ ਜਾਓ ਬੱਚਿਆਂ ਨੂੰ ਲੈ ਕੇ ਜਾਓ ਦਰਸ਼ਨ ਕਰਵਾਈਏ ਕੱਲਾ ਇਹ ਨਾ ਹੋਵੇ ਲੰਗਰ ਖਾ ਕੇ ਮੋੜ ਮੋੜ ਆਈਏ ਕਿਤੇ ਨਹੀਂ ਨਹੀਂ ਸ਼ਹਾਦਤ ਨੂੰ ਯਾਦ ਰੱਖੀਏ ਤੇ ਸਾ ਸੰਗਤ ਜੀ ਦੂਜੀ ਗਲਤੀ ਵੀ ਇਹ ਬੇਰਾਗ ਦੇ ਦਿਨ ਨੇ ਉਹ ਦੁੱਖ ਦੇ ਦਿਨ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਕਦੇ ਵਿਆਹ ਨਾ ਰਖੀਏ ਵਿਆਹ ਪਹਿਲਾਂ ਰੱਖੋ ਜਾਂ ਬਾਅਦ ਚ ਰੱਖੋ ਇਹਨਾਂ ਦਿਨਾਂ ਵਿੱਚ ਕਦੇ ਵੀ ਵਿਆਹ ਦੇ ਦਿਨ ਨਹੀਂ ਰਖਣੇ ਚਾਹੀਦੇ ਹੋਵੇ ਤਾਂ ਕੋਈ ਖੁਸ਼ੀ ਦਾ ਪ੍ਰੋਗਰਾਮ ਬਿਲਕੁਲ ਵੀ ਸਾਨੂੰ ਸਿੱਖ ਕੌਮ ਨੂੰ ਕਰਨਾ ਹੀ ਨਹੀਂ ਚਾਹੀਦਾ ਹਾਲਾਂਕਿ ਸਾਧ ਸੰਗਤ ਜੀ ਮੇਰੇ ਪਾਤਸ਼ਾਹ ਨੇ ਨਹੀਂ ਰੋਕਿਆ ਪਰ ਸਾਡਾ ਫਰਜ਼ ਬਣਦਾ ਹੈ ਅਸੀਂ ਇਹਨਾਂ ਦਿਨਾਂ ਵਿੱਚ ਵਰਾਗ ਮਈ ਰਹੀਏ ਅਸੀਂ ਅਜਿਹਾ ਕੰਮ ਨਾ ਕਰੀਏ ਮਹਾਨ ਸ਼ਹੀਦਾਂ ਨੂੰ ਸਜਦਾ ਕਰੀਏ ਉਹਨਾਂ ਨੂੰ ਪ੍ਰਣਾਮ ਕਰੀਏ ਸਾਡਾ ਫਰਜ਼ ਬਣਦਾ ਹੈ ਮਹਾਰਾਜ ਨੇ ਨਹੀਂ ਕਿਹਾ ਵੀ ਵਿਆਹ ਨਾ ਕਰਵਾਓ ਪਰ ਸਾਡਾ ਫਰਜ਼ ਬਣਦਾ ਹੈ ਨਾ ਕਈ ਕਹਿ ਦਿੰਦੇ ਨੇ ਇਸ ਦਾ ਕੀ ਹੁੰਦਾ ਹੈ ਹੁੰਦਾ ਤਾਂ ਕੁਝ ਵੀ ਨਹੀਂ ਪਰ ਇਸ ਤੋਂ ਇਹ ਸਿੱਧ ਹੋ ਜਾਂਦਾ ਹੈ ਸਾਬਿਤ ਹੋ ਜਾਂਦਾ ਹੈ ਕਿ ਸਾਡੇ ਦਿਲ ਵਿੱਚ ਸਹਿਬਜ਼ਾਦਿਆਂ ਪ੍ਰਤੀ ਕੋਈ ਪਿਆਰ ਨਹੀਂ ਸ਼ਹੀਦਾਂ ਨੂੰ ਯਾਦ ਰੱਖਿਓ ਪੁਰਾਣੇ ਸਮਿਆਂ ਦੇ ਵਿੱਚ ਤਾਂ ਲੋਕ ਭੁੰਜੇ ਪਿਆ ਕਰਦੇ ਸੀ ਦਸੰਬਰ ਦਾ ਮਹੀਨਾ ਸਾਰਾ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਸਿੱਖੀ ਜੀਵਨ ਅਪਣਾਈਏ ਅੰਮ੍ਰਿਤ ਦੀ ਦਾਤ ਲਈਏ ਜੀ ਸੱਚਾ ਪਿਆਰ ਹੈ ਸੋ ਸਾਧ ਸੰਗਤ ਜੀ ਐਨਿਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ